ਸਿਪਾਹੀ ਸੁਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਤਾਂ ਦੱਸ ਦਈਏ ਕਿ 24 ਸਿੱਖ ਰੈਜੀਮੈਂਟ ਦੇ ਵਿੱਚ ਤੈਨਾਤ ਸੀ ਸੁਪ੍ਰੀਤ ਸਿੰਘ ਅਤੇ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਵੀ ਇਸ ਨੌਜਵਾਨ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਖੜੀ ਹੈ। ਤੇ ਜੰਮੂ ਕਸ਼ਮੀਰ ਦੇ ਸਾਂਬਾ ਵਿਖੇ ਡਿਊਟੀ ਦੌਰਾਨ ਇਸ ਨੌਜਵਾਨ ਨੂੰ ਹਾਰਟ ਅਟੈਕ ਆਇਆ ਸੀ ਜਿਸ ਕਾਰਨ ਇਹ ਸ਼ਹੀਦ ਹੋ ਗਿਆ। ਜਿਸ ਤੋਂ ਬਾਅਦ 24 ਸਿੱਖ ਰੈਜੀਮੈਂਟ ਦੇ ਸਿਪਾਹੀ ਸੁਖਪ੍ਰੀਤ ਸਿੰਘ ਦਾ ਅੱਜ ਉਸਦੇ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ NRI ਮਾਮਲੇ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਮੇਤ ਹੋਰ ਆਗੂ ਸੁਖਪ੍ਰੀਤ ਸਿੰਘ ਨੂੰ ਵੀ ਸ਼ਰਧਾਂਜਲੀ ਦੇਣ ਪਹੁੰਚੇ। ਉੱਥੇ ਸ਼ਹੀਦ ਹੋਏ ਜਵਾਨ ਸੁਖਪ੍ਰੀਤ ਸਿੰਘ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਸਲਾਮੀ ਦਿੱਤੀ ਗਈ। ਇਸ ਮੌਕੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਹਲਕਾ ਜਨਾਲਾ ਦੇ ਪਿੰਡ ਨੰਗਲ ਵੰਜਾ ਦਾ ਇਹ ਜਵਾਨ ਸ਼ਹੀਦ ਹੋਇਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਜਵਾਨ ਦੇ ਪਰਿਵਾਰ ਦੇ ਨਾਲ ਖੜੀ ਹੈ ਤੇ ਇਸ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਅੱਜ ਆਪਾਂ ਬੜੇ ਦੁੱਖਦਾਈ ਟਾਈਮ ਦੇ ਉੱਤੇ ਅਜਨਾਲਾ ਦੇ ਪਿੰਡ ਨੰਗਲ ਦੇ ਵਿੱਚ ਖੜੇ ਹਾਂ, ਕਬਰਾਂ ਦੇ ਵਿੱਚ। ਹੁਣੇ ਸਾਡੇ ਬਹੁਤ ਫੌਜੀ ਜਵਾਨ ਸ਼ਹੀਦ ਸੁਖਪ੍ਰੀਤ ਸਿੰਘ ਜੀ ਦੀ ਅੰਤਿਮ ਸੰਸਕਾਰ ਦੇ ਮੌਕੇ 'ਤੇ ਆਏ। ਬਹੁਤ ਹੀ ਦੁੱਖ ਹੋਇਆ ਉਹਦਾ। ਸੁਖਪ੍ਰੀਤ ਆਪਣੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀਗਾ। ਉਹਦੇ ਵੀ ਬੜੀ ਕਈ ਵਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਸੁਖਪ੍ਰੀਤ ਦੇ ਡੈਡੀ ਸਰਦਾਰ ਰਣਜੀਤ ਸਿੰਘ ਉਹ ਵੀ ਫੌਜ ਦੇ ਵਿੱਚ ਸੀਗੇ, ਉਹਦੇ ਇਹਨਾਂ ਦੇ ਦਾਦਾ ਜੀ ਵੀ ਫੌਜ ਦੇ ਵਿੱਚ ਸੀ। ਤੀਜੀ ਪੀੜ੍ਹੀ ਸੀਗੀ, ਬਟ ਜਿੱਦਾਂ ਉਹਨਾਂ ਦਾ ਦੇਹਾਂਤ ਹੋਇਆ, ਜਿੱਦਾਂ ਆਪਾਂ ਨੂੰ ਵਿਛੋੜਾ ਦੇ ਕੇ ਗਏ, ਇਹ ਬਹੁਤ ਦੁੱਖਦਾਈ। ਮਤਲਬ ਆਪਾਂ ਸਾਰਿਆਂ ਨੂੰ, ਮਾਪਿਆਂ ਲਈ ਤਾਂ ਹੈ ਹੀ ਹੈ, ਇਕੱਲਾ ਇਕੱਲਾ ਪੁੱਤ ਸੀ ਉਹਨਾਂ ਦਾ, ਪਰ ਸਭ ਲਈ, ਆਪਣੇ ਇਲਾਕੇ ਲਈ, ਪੰਜਾਬ ਲਈ, ਉਹ ਦੇਸ਼ ਦੇ ਲਈ ਸ਼ਹੀਦ ਹੋਇਆ ਬਾਰਡਰ ਦੇ ਉੱਤੇ, ਡਿਊਟੀ ਦੌਰਾਨ ਹਾਰਟ ਅਟੈਕ ਹੋਇਆ ਉਹਨੂੰ। ਸੋ ਮੈਂ ਪੰਜਾਬ ਸਰਕਾਰ ਵੱਲੋਂ, ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅਫਸੋਸ ਕਰਨ ਆਇਆ ਪਰਿਵਾਰ ਦੇ ਨਾਲ, ਉਹ ਨਾਲ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣ ਆਇਆ ਕਿ ਜਦੋਂ ਫੌਜ ਆਪਣਾ ਪੇਪਰ ਵਰਕ ਕਰ ਲੂਗੀ ਸਾਰਾ, ਅਤੇ ਪੰਜਾਬ ਸਰਕਾਰ ਜਿਹੜੀ ਸ਼ਹੀਦਾਂ ਦਾ ਜੋ ਮਾਨ ਸਨਮਾਨ ਕਰਦੀ ਹੈ, ਜੋ ਪਰਿਵਾਰ ਦੀ ਮਦਦ ਕਰਦੀ ਹੈ, ਉਹ ਅਸੀਂ ਮਦਦ ਕਰਾਂਗੇ। ਮਤਲਬ ਅਸੀਂ ਹਰ ਤਰ੍ਹਾਂ ਦੀ ਮਦਦ ਕਰਾਂਗੇ ਜੋ ਵੀ ਸਰਕਾਰ ਦੀ ਬਣਦੀ ਹੈ। ਬਸ 2-4 ਦਿਨ 'ਚ, 10 ਦਿਨ 'ਚ ਇਹਨਾਂ ਦਾ ਪੇਪਰ ਵਰਕ ਹੋ ਜਾਣਾ, ਉਹ ਤੋਂ ਬਾਅਦ ਫਿਰ ਅਸੀਂ ਮਤਲਬ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਕਰਾਂਗੇ। ਜਦੋਂ ਡੈਥ ਹੋ ਗਈ, 13 ਸਾਲ ਉਹਨੇ ਨੌਕਰੀ ਕੀਤੀ, ਬਹੁਤ ਹੀ ਹੋਣਹਾਰ, ਮੇਰਾ ਬਹੁਤ ਪਿਆਰ ਹੀ ਉਹਦੇ ਨਾਲ, ਛੋਟਾ ਇੱਕ ਬੱਚਾ 5 ਸਾਲ ਦਾ, ਸ਼ਹੀਦ ਹੋ ਗਿਆ ਬਾਰਡਰ 'ਤੇ, ਬਾਰਡਰ 'ਤੇ ਸ਼ਹੀਦ ਹੋ ਗਿਆ। ਸਾਨੂੰ ਉੱਥੇ ਨਾ ਆ ਜਾਓ ਛੱਡੇ, ਉਹਨੇ ਕਹਿਣਾ ਇਹੋ ਵੀ ਮੈਂ ਚਾਚਾ ਡੱਬੇ 'ਤੇ ਆਉਣਾ, ਲੜ ਕੇ ਸ਼ਹੀਦ ਹੋਣਾ, ਇਸ ਤੋਂ ਪਹਿਲਾਂ ਹੋਣਾ ਹੀ ਉਹ ਚਾਈਨਾ ਬਾਰਡਰ ਤੋਂ ਪੋਸਟਿੰਗ ਕੱਟ ਕੇ, ਇੱਕ ਸਾਲ ਹੋਇਆ ਆਪਣੇ ਸਾਂਬੇ ਆਇਆ ਸੀ, ਸਾਂਬੇ ਡਿਊਟੀ ਦਾ ਉਹਨਾਂ ਨੂੰ ਅਟੈਕ ਹੋ ਗਿਆ, ਮਿਲਟਰੀ ਹੋਸਪਿਟਲ ਲੈ ਕੇ, ਉੱਥੇ ਉਹਨਾਂ ਦੀ ਡੈਥ ਹੋ ਗਈ। ਕੁਛ ਨਹੀਂ ਮੈਂ ਕਿਹਾ ਤੋਂ